ਫਿਰ ਜੇ ਸਾਹਮਣੇ ਹੋ ਜਾ ਫਿਰ ਕੁਛ ਵੀ ਨਾ ਦੇ ਲਾਈਵ ਚੱਲ ਪਿਆ ਲਾਈਵ ਚੱਲ ਪਈ ਅੱਛਾ ਸ਼ਾਮ ਨੂੰ ਕੱਟ ਕੇ ਪਿਆ ਚੱਲ ਚੱਲ ਜਾ ਹੋ ਗਿਆ ਚੈੱਕ ਕਰੀ ਅਕੇਲੇ ਦੇ ਕਿੰਨੇ ਖਾਦੇ ਸਾਰੇ ਬਹੁਤ ਖਾਦੇ ਭਾਜੀ 10 ਵਾਰ ਤਾਂ ਘੱਟੋ ਘੱਟ ਖਾਂਦੇ ਹੀ ਖਾਂਦਾ ਨਾ ਬੰਦ ਨੇ ਘੱਟ ਤਾਂ ਕੀ 10 ਵਾਰ ਦਾ ਇੱਕ ਮੈਚ ਦੇ ਨੇ ਹੈ ਪ੍ਰੋਬਲਮ ਹੈ ਇੱਕ ਮੈਚ ਦੇ ਨਹੀਂ ਘੱਟੋ ਘੱਟ ਥੋੜੇ ਅੰਦਰ ਨੂੰ ਮੈਂ ਚੈੱਕ ਵੀ ਕਰਾਂ ਹੁਣ ਕਲੀਅਰ ਆ ਲਾਈਵ ਵੀ ਬਿਲਕੁਲ ਇਹਨਾਂ ਸ਼ੀਸ਼ਿਆਂ ਨੂੰ ਸਾਫ ਤੁਸੀਂ ਕਰਾ ਦੇ ਸਟਾਰਟ ਕਰਾ ਦੇ ਵੀਰੇ ਜਲਦੀ ਤੁਸੀਂ ਵੀਰੇ ਜਲਦੀ ਆਪਾਂ ਪੂਲ ਦੇ 5 ਓਵਰਾਂ ਦਾ ਕਰਾਉਣੇ ਆ ਦੱਸ ਲਓ ਇੱਥੇ ਕੋਈ ਭਾਈ ਬੈਠਾ ਨਾ ਜੇਤੂ ਟੀਮ ਦਾ ਸੱਦ ਲਓ ਕੀ ਸੱਦਣਾ ਲੈਮਨ ਕਰਦੇ ਫੀਲਡਿੰਗ ਯਾਰ ਮੈਂ ਕੀਤੀ ਭਾਈ ਬਹੁਤ ਕਾਰਤਿਕ ਚਾਹੀਦਾ ਫੀਲਡਰ ਚਾਹੀਦਾ ਮੇਰੇ ਚਾਹੀਦਾ ਫੀਲਡਰ ਆ ਗਿਆ ਕਾਰਤਿਕ ਇੱਕ ਫੀਲਡਰ ਭੇਜੀ ਚਲ ਜਾ ਬਾਹਰ ਟੀਮਾਂ ਮੰਨੀਆਂ ਪਹਿਲੇ ਰਾਊਂਡ ਦੇ ਮੈਚ ਬੜੇ ਤਕੜੇ ਖੇਡੇ ਗਏ ਦੂਜੇ ਰਾਊਂਡ ਤੇ ਪਹਿਲਾ ਮੈਚ ਦੇਖਿਆ ਵੀ ਖੇਡ ਮੈਦਾਨ ਨੰਬਰ ਖਡੂਰ ਸਾਹਿਬ ਦੀ ਟੀਮ ਬੋਲਿੰਗ ਕਰ ਰਹੀ ਹੈ ਤੇ ਬੈਟਿੰਗ ਕਰ ਰਹੀ ਟੀਮ ਕੇਲੇ 12 ਖਾਦੇ ਨੇ ਫੇਰ ਢਿੱਡ ਦਾ ਵੱਡਾ ਹੋਣਾ ਜੀ ਕਿੰਨੇ ਓਵਰ ਦਾ 4 ਓਵਰ ਹੈ ਜੀ ਸਾਹਮਣੇ ਦੇਖਿਆ ਕਿ ਪਹਿਲੀ ਬਾਲ ਲਾਉਣ ਆਪਣੀ ਟੀਮ ਦੇ ਲਈ ਕਹਿੰਦੇ ਪਾਰਾ ਤੇ ਸਾਹਮਣੇ ਕੌਣ ਇਹ ਆ ਅੰਬਰ ਕਹਿੰਦੇ ਜੌਨਵਾਲ ਦੀ ਧਰਤੀ ਦਾ ਮੇਰੇ ਵੀਰੇ ਮੁੰਡਾ ਜਿਹੜੇ ਫਰੀਦਕੋਟ ਦੇ ਵਿੱਚੋਂ ਕਹਿੰਦੇ ਆਇਆ ਅੰਬਰ ਨੇ ਕਹਿੰਦੇ ਆ ਜਿਹੜੇ 4 ਫੇਰ ਆਪਣੀ ਟੀਮ ਦੇ ਦਰਸ਼ਕੀ ਦੇ ਜੋਰ ਬੰਦੇ ਆ ਤਕੜਾ ਮੈਚ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਦਾ ਮੁੰਡਾ ਖਡੂਰ ਸਾਹਿਬ ਦੀ ਧਰਤੀ ਦਾ ਅਗਲੀ ਬਾਲ ਫੇਰ ਕਹਿੰਦੇ ਕਰਨ ਲਈ ਫਤਿਹਗਾ ਦਰਸ਼ਕੀ ਦੇ ਜਿਉਣ ਵਾਲੇ ਪਿੰਡਾਂ ਕਹਿੰਦੇ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਹੈ ਬਾਬੇ ਫਰੀਦ ਦੀ ਨਗਰੀ ਹੈ ਕਹਿੰਦੇ ਜਿਲ੍ਹਾ ਫਰੀਦਕੋਟ ਕਿ ਫਰੀਦਾ ਖਾ ਕੇ ਨਾ ਨਿੰਦੀਓ ਖਾਕੋ ਜੋਟ ਨਾ ਕੋਈ ਕਿ ਜੀਵਨ ਦੇ ਪੈਰਾਂ ਪਲੇ ਤੇ ਮੇਰੇ ਆਪਣੇ ਉੱਪਰ ਹੋ ਲਓ ਸਾਹਮਣੇ ਦੇਖੋ ਵੀ ਗੱਲ ਫਰੀਦਕੋਟੀਆ ਧੰਨ ਕਰਵਾਈ ਜਾ ਰਿਹਾ ਹੈ ਅਗਲਾ ਮੈਚ ਸ਼ਾਮ ਜਿਹੜਾ ਸੀ ਚੌਥੇ ਵਾਲਾ ਜੋ ਟਾਸ ਕਰ ਲੈਣਾ ਮੇਰੀ ਬੇਨਤੀ ਹੈ ਸ਼ਾਮ ਜਿਹੜਾ ਸੀ ਚੌਥੇ ਵਾਲਾ ਮੈਚ ਅਗਲੀ ਬਾਲ ਫੇਰ ਕਦੇ ਬੈ ਚੁੱਕੀ ਹੈ ਉਧਰਲੇ ਪਾਸੇ ਅੰਬਰ ਦਾ ਸ਼ਾਟ ਭੱਲੇ 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 ਭਾਗੇ ਸੁਣ ਰਿਹਾ ਪਰ ਰਨ ਦੇਖਿਆ ਵੀ ਕਹਿੰਦੇ 6 ਹੈ ਜੇ ਅੰਬਰ ਨਹੀਂ ਬੈਟਿੰਗ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਮਾਰੋ ਅਸ਼ਵੀਰੇ ਐਨ ਮੁੰਡਾ ਕਹਿੰਦੇ ਕਮਾਲ ਦੀ ਬੈਟਿੰਗ ਕਰੀ ਜਾ ਰਿਹਾ ਹੈ ਜਾਣ ਵਾਲੀਆਂ ਅੰਬਰਾਂ ਦੇ ਕਹਿੰਦੇ ਰਵੀ ਨੇ ਮਨ ਚੁੱਕੇ ਹੈ ਲੇਕਿਨ ਵੱਡੇ ਵੱਲ ਦੇ ਕਹਿੰਦੇ ਮਨ ਕੀਤੇ ਹੈ 5 ਮੋਟਰਸਾਈਕਲ ਇੱਕ ਮਰੂਤੀ ਕਾਰ ਨੇ ਇੱਕ ਬੋਲਟ ਵਾ ਕਹਿੰਦੇ ਜਿੱਤੀ ਹੈ ਜਾਣ ਵਾਲੀਆਂ ਅੰਬਰ ਲਓ ਦੇਖੋ ਵੀ ਕਿਹਦਾ ਸ਼ਾਟ ਚੌਕਾ ਦੂਜੀ ਓਵਰ ਦੀ ਸ਼ੁਰੂਆਤ ਦੇਖਿਆ ਖਡੂਰ ਸਾਹਿਬ ਦੀ ਟੀਮ ਦਾ ਕਿਹੜਾ ਪਲੇਅਰ ਆਪਣੀ ਟੀਮ ਦੇ ਲਈ ਕਰੇਗਾ ਪਹਿਲੇ ਓਵਰ ਦੀ ਸਮਾਪਤੀ ਤੇ ਅੱਜ ਦੇ ਕਹਿੰਦੇ 28 ਹੋ ਚੁੱਕੇ ਹੈ ਜੱਥੇਵਾਲ ਦੀ ਟੀਮ ਆਗੇ ਟਾਸ ਕਰ ਲੈ ਮੇਰੀ ਬੇਨਤੀ ਹੈ ਜੱਥੇਵਾਲ ਦੀ ਟੀਮ ਆਗੇ ਟਾਸ ਕਰੇਗੀ ਜਲਦੀ ਤੋਂ ਪਹਿਲਾਂ ਜੱਥੇਵਾਲ
ਇਧਰਲੇ ਪਾਸੇ ਦੂਜੀ ਓਵਰ ਦੀ ਕਹਿੰਦੇ ਸ਼ੁਰੂਆਤ ਹੋਣ ਜਾ ਰਹੀ ਹੈ ਖੇਡਦੇ ਮੈਦਾਨ ਅੰਦਰ ਆਪਣੀ ਟੀਮ ਦੇ ਲਈ ਕਹਿੰਦੇ ਕਰਨ ਜਾ ਰਿਹਾ ਸਾਹਮਣੇ ਏ ਆਰ ਰਵੀ ਨੂਰ ਪ੍ਰਵੇਣ ਦਾ ਨਾਲ ਦੇਖਿਆ ਵੀ ਕਹਿੰਦਾ ਸ਼ਾਰ ਦੇ ਕਹਿੰਦੇ ਚਾਰ ਮੁੰਡੇ ਨੇ ਕਹਿੰਦੇ ਜੋੜ ਦਿੱਤੇ ਹੈ ਕਾਰਕੋ ਕਹਿੰਦੇ ਨਾਗ ਦੁਨੀਆ ਕਹਿੰਦੀ ਹੈ ਦੋ ਗੱਡੀਆਂ ਕਹਿੰਦੇ ਸਿਆਈਆਂ ਹੈ ਨਾਲ ਦੇਖਿਆ ਵੀ ਕਹਿੰਦੇ ਰਖੀੜੇ ਦੇ ਕੰਮ ਦੇ ਬੱਲੇ ਬੱਲੇ ਕਰਵਾਈ ਹੈ ਪੰਜਾਬ ਦਾ ਕਹਿੰਦੇ ਵੱਡਾ ਮਾਲ ਹੈ ਕਾਸਕੋਗੜ ਦਾ ਨਾਂ ਕਹਿੰਦੀ ਹੈ ਦੁਨੀਆ ਜਿਹਨੇ ਲੁਧਿਆਣਾ ਦਾ ਕਹਿੰਦੇ ਮਾਣ ਹੈ ਮੇਰੇ ਵੀਰੋ ਰਵੀ ਨੂਰ ਪ੍ਰਵੇਣ ਦਾ ਨਾਲ ਸਾਹਮਣੇ ਦੇਖੋ ਵੀ ਕਹਿੰਦਾ ਸ਼ਾਟ ਤੇ ਰਾਂਝੇ ਦਾ ਇੱਕ ਦੋ ਵੀ ਹੋ ਸਕਦੇ ਹੈ ਪਰ ਇੱਕ ਰਨ ਦੇਖਿਆ ਵੀ ਦੋਨੋਂ ਖਿਡਾਰੀ ਕਹਿੰਦੇ ਜੋੜਦੇ ਹੈ ਤੇ ਸਾਹਮਣੇ ਆ ਗਿਆ ਜਿਉਣ ਵਾਲੀ ਹੈ ਆ ਗਿਆ ਮੁੰਡਾ ਫਰੀਦਕੋਟੀਆ ਕਹਿੰਦੇ ਅੰਬਰ ਅਗਲੀ ਬਾਲ ਦਾ ਸਾਹਮਣਾ ਕਰਨ ਲਈ ਤਿਆਰ ਮੇਰੇ ਵੀਰੋ ਅੰਬਰ ਨੇ ਕਹਿੰਦੇ ਬਾਲ ਦਾ ਸਾਹਮਣਾ ਕਰਨਾ ਹੈ ਕ੍ਰਿਕਟ ਦਾ ਕਹਿੰਦੇ ਛੋਟੀ ਉਮਰ ਦਾ ਵੱਡਾ ਮਾਲਾ ਹੈ 22-23 ਕੁ ਸਾਲ ਦੇ ਕਰੀਬ ਉਮਰ ਹੈ ਸਨੌਜਵਾਨ ਦੀ ਤੇ ਕ੍ਰਿਕਟ ਦੇ ਵਿੱਚ ਇਹ ਦੇਖਿਆ ਕਿ ਦੁਨੀਆ ਕਿਤੇ ਜ਼ਬਾਨੀ ਕੀਤੀ ਹੈ ਨਾ ਪਰ ਤਗੜੀ ਬਾਲ ਬਾਉ ਖਡੂਰ ਸਾਹਿਬੀ ਹੈ ਐਨ ਦੇਖਿਆ ਕਿ ਗੁੱਤੀ ਬਈ ਖੜਾ ਹੈ ਹਾਲੇ ਦੀ ਧਰਤੀ ਹੈ ਕਹਿੰਦੇ ਸ੍ਰੀ ਬੈਠਾ ਹੈ ਕੰਨ ਸਾਹਿਬ ਤਾਂ ਮੁੰਡੇ ਕਹਿੰਦੇ ਖਡੂਰ ਸਾਹਿਬ ਦੀ ਧਰਤੀ ਤੋਂ ਗੁਰੂ ਕੀ ਨਗਰੀ ਤੋਂ ਕਹਿੰਦੇ ਪੁੱਜੇ ਹੋਇਆ ਹੈ ਤਾਂ ਅਗਲੀ ਵਾਰ ਫੇਰ ਸਾਹਮਣੇ ਦੇਖਿਆ ਕਿ ਕਹਿੰਦੇ ਬਾਈ ਦੇ ਚੁੱਕੀ ਹੈ ਮੈਂ ਭਾਈ ਸ਼ਾਰਾ ਬਾਅਦ ਵੀ ਕਹਿੰਦੇ ਬਾਈ ਦੇ ਚੁੱਕੀ ਹੈ ਖਡੂਰ ਸਾਹਿਬ ਦੇ ਸੱਤੂ ਨੂੰ ਕਹਿੰਦੇ ਦੁਨੀਆ ਜਾਣਦੀ ਹੈ ਕਬੱਡੀ ਦਾ ਕਹਿੰਦਾ ਕਹਿੰਦੇ ਮੰਨਿਆ ਪਰ ਮੰਨਿਆ ਜਾਂਦੀ ਹੈ ਮੇਰੇ ਵੀਰੋ ਇਹ ਕਹਿੰਦੇ ਉਸੇ ਪਿੰਡ ਦਾ ਅਗਲੀ ਵਾਰ ਕਰਨ ਲਈ ਫੇਰ ਤਿਆਰ ਤੇ ਸਾਹਮਣੇ ਜਾਣ ਵਾਲੀਆ ਅੰਬਰ ਕਹਿੰਦੇ ਛੱਟ ਪੈ ਇੱਕ ਆਸਾਨ ਜਿਹਾ ਕੈਚ ਦੇਖਿਆ ਜੀ ਗੋਲਡੀ ਨੇ ਕਹਿੰਦੇ ਇੱਕ ਨੰਬਰ ਦੀ ਟੀਸ਼ਰਟ ਕਹਿੰਦੇ ਪਾਈ ਹੋਈ ਹੈ ਤੇ ਗੋਲਡੀ ਨੇ ਕਹਿੰਦੇ ਕੈਚ ਜਿਹੜਾ ਡ੍ਰੌਪ ਕਰ ਦਿੱਤਾ ਹੈ ਲੈ ਵੀ ਖਡੂਰ ਸਾਹਿਬ ਹੀ ਆ ਇਹਦਾ ਕੈਚ ਕਹਿੰਦੇ ਖਾਸਾ ਮਹਿੰਗਾ ਪੈ ਜਾਣਾ ਹੈ ਜਾਣ ਵਾਲੀਏ ਅੰਬਰ ਦਾ ਕਹਿੰਦੇ ਕੈਚ ਡ੍ਰੌਪ ਹੋਇਆ ਖੇਡ ਮੈਦਾਨ ਅੰਦਰ ਅਗਲੀ ਵਾਰ ਫੇਰ ਨੌਜਵਾਨ ਲੁਧਿਆਣੇ ਸ਼ਹਿਰ ਵਾਲਾ ਅਗਲਾ ਬੱਲੇ ਬਾਜ ਲੁਧਿਆਣੇ ਵਾਲਾ ਰਣ ਜਿਹੜੇ 6 ਮੁੰਡੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤੇ ਹੈ ਭੁੱਦੀ ਕਹਿੰਦੇ ਲੁਧਿਆਣੇ ਵਾਲਾ 2 ਓਵਰਾਂ ਦੀ ਸਮਾਪਤੀ ਤੇ ਦੱਸੀ ਵੀ ਵੀਰੇ ਕਿੰਨੇ ਰਨ ਜਿੱਤੇ 2 ਓਵਰਾਂ ਦੀ ਸਮਾਪਤੀ ਤੇ ਜਿਹੜੇ 44 ਹੋ ਚੁੱਕੇ ਆ 2 ਓਵਰ ਤੇ 44 ਰਨ ਕਹਿੰਦੇ ਨੂਰਪੁਰ ਬੇਰ ਦੀ ਟੀਮ ਤੇ 4-4 ਓਵਰ ਦਾ ਮੈਚ ਕਹਿੰਦੇ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਦੂਜੇ ਰਾਊਂਡ ਦੀ ਸ਼ੁਰੂਆਤ ਹੋ ਚੁੱਕੀ ਹੈ 2 ਵੱਜ ਕੇ 15 ਮਿੰਟ ਦਾ ਕਹਿੰਦੇ ਸਮਾਂ ਹੋ ਚੁੱਕੇ ਤੇ ਦੂਜੇ ਰਾਊਂਡ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਤਾਂ ਤੀਜੀ ਓਵਰ ਦੀ ਸ਼ੁਰੂਆਤ ਕੀ ਨਾਮ ਹੈ ਵੀਰੇ ਬਾਲਰ ਦਾ ਖਿਡਾਰੀ ਦਾ ਖਿਡਾਰੀ ਕਹਿੰਦੇ ਇਹ ਵੀ ਕਮਾਲ ਰਹੀ ਹੈ ਮੇਰੇ ਵੀਰੋ ਲੋਕ ਬਾਜ ਤੇ ਸਾਹਮਣੇ ਰਵੀ ਖਿਡਾਰੀ ਦੋਤੋਂ ਕਹਿੰਦੇ ਚੋਟੀ ਦੇ ਕਾਸਕੋ ਗੇਟ ਦਾ ਕਹਿੰਦੇ ਮੇਲਾ ਲੱਗਿਆ ਹੋਇਆ ਹੈ ਇਧਰਲੇ ਪਾਸੇ ਦੇਖੋ ਵੀ ਕਹਿੰਦੇ ਬਾਜ ਦੀ ਬਾਲ ਪੈ ਚੁੱਕੀ ਹੈ ਦੂਰ ਪ੍ਰਵੇਰ ਦੇ ਰਵੀ ਦਾ ਖੇਡ ਮੈਦਾਨ ਅੰਦਰ ਦੇਖਿਆ ਕਿ ਕਹਿੰਦੇ ਕਿਹੜਾ ਸ਼ਾਟ ਦੇ ਰਨ ਇੱਕ ਆ ਗਿਆ ਸਾਹਮਣੇ ਲੁਧਿਆਣੇ ਵਾਲਾ ਝੁੱਕੀ ਮੇਰੇ ਮਿੱਤਰੋ ਝੁੱਕੀ ਲੁਧਿਆਣੇ ਵਾਲਾ 3 ਮੋਟਰਸਾਈਕਲ ਜਿੱਤੇ ਹੈ ਦੁਨੀਆ ਕਹਿੰਦੀ ਹੈ ਵੀ ਆਹ ਮੁੰਡਾ ਕਾਸਕੋ ਦਾ ਪਹਿਲੇ ਨੰਬਰ ਦਾ ਕਹਿੰਦੇ ਆਲ ਰਾਊਂਡਰ ਹੈ ਝੁੱਕੀ ਲੁਧਿਆਣੇ ਵਾਲਾ ਬਾਲ ਦਾ ਦੇਖਿਆ ਕਿ ਸਾਹਮਣੇ ਕਰੇਗਾ ਪਰ ਤਕੜੀ ਬਾਲ ਬਾਜ ਐਨ ਦੇਖਿਆ ਕਿ ਕਹਿੰਦੇ ਬੜਾ ਤਜਰਬੇਕਾਰ ਖਿਡਾਰੀ ਹੈ ਡਾਡਾ ਤਜਰਬਾ ਇਸ ਨੌਜਵਾਨ ਨੂੰ ਕ੍ਰਿਕਟ ਦਾ ਤਕੜੀਆਂ ਬਾਲਾਂ ਪਾ ਰਹੇ ਜੋਂਟੀ ਸਤਾਜ ਜੀ ਆ ਗਏ ਨੇ ਬੋਲ ਆ ਮੁੰਡੇ ਬੋਲ ਦੇਖਿਆ ਕਿ ਦਿੱਤੀ ਵਿੱਚ ਕੌਣ ਆ ਗਿਆ ਜੋਂਟੀ ਲਓ ਸਾਹਮਣੇ ਦੇਖਿਆ ਕਿ ਵੀ ਬਾਦ ਕਹਿੰਦੇ ਐਨ ਸਰਾ ਕਰਵਾ ਗਿਆ ਮੇਰੇ ਵੀਰ ਖਡੂਰ ਸਾਹਿਬ ਦੇ ਧਰਤੀ ਦਾ ਬਾਦ ਚੱਠੇੜ ਦਾ ਅਗਲਾ ਮੈਚ ਵੀਰੇ ਨੌਜਵਾਨੇ ਦਵਾਣਾ ਕਹਿੰਦੇ ਕੀ ਕਹਿੰਦੇ ਤੇ ਮੁੰਡਾ ਰਵੀ ਕਹਿੰਦੇ ਆਈ ਤੋਂ ਵੀਰੇ ਅੰਬਰ ਰਵੀ ਕਹਿੰਦੇ ਤੋੜ ਦਿੱਤਾ ਹੈ ਮੈਂ ਬਾਦ ਫੇਰ ਕਹਿੰਦੇ ਅਗਲੀ ਬਾਲ ਕਰ ਲਈ ਵਧੇਗਾ ਸਰਦਾਰ ਖਿਡਾਰੀ ਹੈ ਅਗਲੀ ਬਾਲ ਕਹਿੰਦੇ ਕਰਨ ਲਈ ਤਿਆਰ ਹੈ ਐਨ ਚੋਟੀ ਦਾ ਮੈਚ ਹੈ ਨੂਰਪੁਰ ਗੇਟ ਦੇ ਖਡੂਰ ਸਾਹਿਬ ਜਿਹੜਾ ਦੋਨੋਂ ਹੀ ਕਹਿੰਦੇ ਸਰੇ ਦੀਆਂ ਹੈ ਅੱਜ ਕਹਿੰਦੇ ਆਹਮੋ ਸਾਹਮਣੇ ਦੇ ਗਰਾਊਂਡ ਕਹਿੰਦੇ ਚਖੇੜੀ ਪਿੰਡ ਰਹੀ ਹੈ ਮੇਰੇ ਵੀਰੋ ਪਾ ਜੀ ਪਾ ਤੇ ਸਾਹਮਣੇ ਨੇ ਜੁੱਤੀ ਕਹਿੰਦੇ ਹੈ ਨੂਰਪੁਰ ਗੇਟ ਦਾ ਜੁੱਤੀ ਪਰ ਬਾਦ ਨੇ ਐਨ ਜੁੱਤੀ ਵੀਰੇ ਸਾਈਡ ਤੇ ਹੋ ਜਾਈ ਦਿੱਤੀ ਹੈ ਪਹਿਲੇ ਦੋ ਰਨ ਵਿੱਚ ਜੁੱਤੀ ਵੀਰੇ
ਪਰ ਬਾਦ ਨੇ ਕਿਹਾ ਵੀ ਬਾਲਾ ਕਾਹਦੀਆਂ ਜਿੱਤੀਆਂ ਨੇ ਮੁੰਡੇ ਨੇ ਕਿਹਾ ਵੀ ਕਮਾਲ ਹੀ ਕਰ ਦਿੱਤੀ ਹੈ ਖਲੂਸ ਦਾ ਬਾਦ ਸਾਹਮਣੇ ਜੁਨੀ ਆ ਓਵਰ ਚ ਕੋਈ ਚੌਕਾ ਛਿੱਕਾ ਨਹੀਂ ਹੈ ਤਿਆਰੀ ਫੜੋ ਨੌਜਵਾਨਾਂ ਬਾਜੀ ਬਾਲ ਪਰ ਐਨ ਕਮਾਲ ਕਿਹੜੀ ਬਾਜੀ ਤਾੜੀਆਂ ਮਾਰਦੇ ਮੁੰਡੇ ਨੇ ਬਾਲਾ ਕਹਿੰਦੇ ਸੁਰਦੀਆਂ ਕਰ ਦਿੱਤੀਆਂ ਇਹ ਆ ਬਾਦ ਕਹਿੰਦੇ ਖਲੂਸ ਸਾਹਿਬ ਦੀ ਧਰਤੀ ਦਾ ਅਗਲੀ ਬਾਲ ਦਾ ਸਾਹਮਣਾ ਕਹਿੰਦੇ ਕਰਨ ਲਈ ਤਿਆਰ ਹੈ ਕੁੱਟੀ ਲੁਧਿਆਣੇ ਸ਼ਹਿਰ ਵਾਲਾ ਸਮੁੰਦਰ ਜਿਹਾ ਕਾਂਡਾ ਇਸ ਨੌਜਵਾਨ ਦਾ ਮਦਰੀ ਨੌਜਵਾਨ ਹੈ ਲਓ ਸਾਹਮਣੇ ਭਾਜਦੀ ਬਾਲ ਤੇ ਲੁਧਿਆਣੇ ਵਾਲਾ ਗ੍ਰਾਂਡ ਸ਼ਾਟ ਤੇ ਰਨ ਦੇਖਿਆ ਕਿ ਵੀ ਜਿਹੜਾ ਕਹਿੰਦੇ ਇੱਕ ਰਨ ਦੁਗਣਾ ਦੀ ਜੋੜਦੇ ਹੈ ਇੱਕ ਰਨ ਦਾ ਵਾਧਾ ਓਵਰ ਦੀ ਸਮਾਪਤੀ ਤੇ ਚਾਰ ਰਨ ਹੀ ਆਏ ਆ ਇਸ ਓਵਰ ਦੇ ਵਿੱਚ ਹੜਤਾਲੀ ਹੋ ਚੁੱਕੀ ਹੈ ਤਿੰਨ ਰਨਾਂ ਦੀ ਸਮਾਪਤੀ ਤੇ ਹੁਣ ਕਿਆ ਕਹਦੂਗਾ ਵੀਰੇ ਉਧਰਲੀ ਸਾਈਡ ਖੜੋ ਯਾਰ ਜੋਨੀ ਇੱਧਰ ਖੜਾ ਕਰ ਯਾਰ ਵੀਰੇ ਉਧਰ ਸੱਜੇ ਖੱਬੇ ਹੱਥੀ ਖੜੋ ਸਕੋਰ ਦੱਸ ਦਿਓ ਜੀ ਟੋਟਲ 48 ਹੋ ਗਿਆ ਜੀ ਤਿੰਨ ਓਵਰ ਲਾਈਵਰ ਦੇਖਿਆ ਕਿ ਵੀ ਤਿੰਨ ਓਵਰ ਨੇ 48 ਰਨ ਚੌਥਾ ਓਵਰ ਕੀ ਨਾਮ ਵੀਰੇ ਬਾਲਰ ਦਾ ਲੁਧਿਆਣੇ ਵਾਲਾ ਬਾਲਾ ਪੰਜ ਹੀ ਬਾਕੀ ਰਹਿ ਗਿਆ ਬਾਲਾ ਪੰਜ ਹੀ ਬਾਕੀ ਹਨ 48 ਬਣੇ ਆ ਪਹਿਲੇ ਦੋਵਾਂ ਚ 44 ਆਏ ਸੀ ਨਿੰਦੀ ਦੀ ਕੀ ਬਣ ਗਿਆ ਬਾਲ ਵੀ ਵਾਈਡ ਤੇ ਰਨ ਵੀ ਕਹਿੰਦੇ ਚਾਰ ਪਾਈ ਦੇ ਆ ਗਏ ਲੋ ਪੰਜ ਰਨ ਬਿਨਾਂ ਕਿਸੇ ਬਾਲ ਤੋਂ ਦੇਖਿਆ ਕਿ ਖੇਡ ਮੈਦਾਨ ਉੱਪਰ ਜਿਹੜੇ ਕਹਿੰਦੇ ਜੁੜ ਚੁੱਕੇ ਅਮਰਜੀਤ ਭਾਜੀ ਵੀ ਕਹਿੰਦੇ ਪੁੱਜੇ ਹੋਏ ਆਪਣੇ ਉੱਪਰ ਵਾਲੇ ਬਹੁਤ ਹੀ ਸਤਿਕਾਰ ਦੇ ਵੱਡਾ ਧੰਨਵਾਦ ਕਰਦੇ ਹਾਂ ਅਮਰਜੀਤ ਭਾਜੀ ਆਦਿ ਉੱਪਰ ਵਾਲੇ ਸਾਡੇ ਬਹੁਤ ਹੀ ਜ਼ਿੰਦਗੀ ਦੇ ਮਾਣ ਮਿੱਤਰ ਕਹਿੰਦੇ ਪੁੱਜੇ ਹੋਏ ਹੈ ਤੇ ਖੇਡੂ ਵਾਲੇ ਪੀਰਾਂ ਦੇ ਨਾਲ ਕਹਿੰਦੇ ਡਾਢਾ ਪਿਆਰ ਹੈ ਵੱਡਾ ਧੰਨਵਾਦ ਹੈ ਸਾਹਮਣੇ ਅਗਲੀ ਬਾਲ ਭਾਓ ਸੁਣਿਆ ਐਨ ਕਮਾਲ ਦੀਆਂ ਵਾਲਾ ਹੈ ਖਡੂਰ ਸਾਹਿਬ ਦੀ ਟੀਮ ਦੇ ਵੱਲੋਂ ਪਹਿਲੇ ਦੋ ਵਾਰਾਂ ਵਿੱਚ ਆਏ ਖਾਸੇ ਰਨ ਆਏ ਹੈ ਪਰ ਬਾਅਦ ਵਿੱਚ ਬਾਜ ਨੇ ਤੇ ਨਿੰਦੀ ਨੇ ਕਹਿੰਦੇ ਕਮਾਲ ਹੀ ਕਰ ਦਿੱਤੀ ਹੈ ਆ ਗਿਆ ਸਾਹਮਣੇ ਕਹਿੰਦੇ ਜੁਨੀ ਨੂਰ ਪ੍ਰਵੀਣ ਦਾ ਨੂਰ ਪ੍ਰਵੀਣ ਪਿੰਡ ਦਾ ਕਹਿੰਦੇ ਜੁਨੀ ਬਾਲ ਦਾ ਸਾਹਮਣਾ ਕਰੇਗਾ ਪੰਜਾਬ ਦੇ ਵੱਡੇ ਕੱਪ ਜਿੱਤਣ ਵਾਲੀ ਟੀਮ ਹੈ ਕਹਿੰਦੇ ਨੂਰ ਪ੍ਰਵੀਣ ਦੀ ਐਨ ਮੁੰਡਿਆਂ ਦਾ ਕਹਿੰਦੇ ਨਾਮ ਚੱਲਦਾ ਤੇ ਖਡੂਰ ਸਾਹਿਬ ਵਾਲੇ ਮੁੰਡੇ ਕਹਿੰਦੇ ਮਾਝੇ ਦੇ ਵਿੱਚ ਆਏ ਹੋਏ ਹੈ ਮਾਝਾ ਮਾਲਵਾ ਦੁਆਬਾ ਪੰਜਾਬ ਦੇ ਕਹਿੰਦੇ ਬੜੇ ਪ੍ਰਸਿੱਧ ਖੇਤਰ ਹੈ ਅੱਜ ਕਹਿੰਦੇ ਰੌਣਕਾਂ ਦੁਆਬੇ ਦੇ ਵਿੱਚ ਹੈ ਨੂਰ ਪ੍ਰਵੀਣ ਮਾਲਵੇ ਦੀ ਟੀਮ ਹੈ ਤੇ ਮੁੰਡੇ ਖਡੂਰ ਸਾਹਿਬ ਵਾਲੇ ਕਹਿੰਦੇ ਮਾਝੇ ਦੇ ਵਿੱਚ ਆਏ ਹੋਏ ਹੈ ਲਓ ਸਾਹਮਣੇ ਜੁਨੀ ਨੇ ਰਾਜੇ ਦੇ ਚਾਰ ਆਪਣੀ ਟੀਮ ਦੇ ਲਈ ਕਹਿੰਦੇ ਜੋੜ ਦਿੰਦੇ ਹੈ ਰਾਜੇ ਦੇ ਚਾਰ ਜੁਨੀ ਨੂਰ ਪ੍ਰਵੀਣ ਦਾ ਮਾਨ ਦਾ ਪੂਰ ਕਲੀਅਰ ਹੈ ਕੱਲ ਹੋਣਾ ਨਹੀਂ ਅਗਲਾ ਮੈਚ ਜਿਹੜਾ ਸ਼ਾਮ 84 ਆਪਣੀ ਟੀਮ ਲਈ ਪਾਰਿਆ ਗਿਆ ਗੁਰਪ੍ਰੀਤ ਸਿੰਘ ਢਿੱਡੀ ਲੁਧਿਆਣੇ ਵਾਲਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਕਹਿੰਦੇ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਮੇਰੇ ਵੀਰੋ ਤੇ ਮੰਨਿਆ ਕਹਿੰਦੇ ਲੁਧਿਆਣੇ ਸ਼ਹਿਰ ਦੇ ਵਿੱਚ ਅੱਜ ਆਇਆ ਹੋਇਆ ਢਿੱਡੀ ਨੇ ਮਾਲ ਦਾ ਸਾਹਮਣਾ ਕਹਿੰਦਾ ਕਿ ਨਿੱਧੀ ਨੇ ਕਹਿੰਦੇ ਵਾਲ ਕਰਨੀ ਹੈ ਪਹਿਲਾਂ ਥੋੜੀਆਂ ਬਾਕੀ ਹੈ ਮੈਚ ਕਹਿੰਦੇ ਬੜਾ ਤਕੜਾ ਦੁਨੀਆ ਦੇਦੀ ਹੈ ਲਓ ਸਾਹਮਣੇ ਦੇਖੋ ਵੀ ਲੁਧਿਆਣੇ ਵਾਲਾ ਸ਼ਾਟ ਤੇ ਇਹਨੂੰ ਬਾਜ ਕਹਿੰਦੇ ਹੈ ਬਾਜ ਖਡੂਰ ਸਾਹਿਬ ਦਾ ਖੇਡ ਦੇ ਮੈਦਾਨ ਤੋਂ ਸੋਹਣੀ ਫੀਲਡਿੰਗ ਕਰ ਚੁੱਕਿਆ ਤੇ ਰਨ ਦੇਖਿਆ ਕਿ ਵੀ ਜਿਹੜਾ ਕਹਿੰਦੇ ਇੱਕ ਹੀ ਹੈ ਤੇ ਬਾਲ ਵੀ ਮੇਰੇ ਖਿਆਲ ਦੇ ਵਿੱਚ ਕਹਿੰਦੇ ਇੱਕ ਬਾਕੀ ਹੈ ਦੁੱਤੀ ਹੈ ਅੱਜ ਪ੍ਰਬੰਧਕਾਂ ਨੇ ਕਹਿੰਦੇ ਵੱਡੀ ਮਿਹਨਤ ਕੀਤੀ ਹੈ ਤੇ ਐਨ ਦੇਖਿਆ ਕਿ ਵੀ ਕਹਿੰਦੇ ਵੱਡੀਆਂ ਰੌਣਕਾਂ ਦੀਆਂ ਲੱਗੀਆਂ ਹੋਈਆਂ ਦੁਨੀਆ ਦੂਰ ਦੁਰਾਡੇ ਤੋਂ ਕਹਿੰਦੇ ਆਈ ਹੋਈ ਹੈ ਜਿਸ ਕੱਪ ਦੇ ਮੇਰੇ ਵੀਰੋ ਕੋਈ ਦੇਖਣ ਪੁੱਜਿਆ ਕੋਈ ਖੇਡਣ ਪੁੱਜਿਆ ਲਓ ਉੱਧਰ ਅਗਲੀ ਬਾਲ ਪਰ ਬਾਲ ਮੁੰਡਾ ਕਹਿੰਦੇ ਐਨ ਬਲੌਕ ਆਊਟ ਦੇ ਵਿੱਚ ਐਨ ਨਾਪ ਤੋੜ ਕੇ ਬਾਲਾ ਕਹਿੰਦੇ ਸਰੀਰ ਦੀਆਂ ਕੀਤੀਆਂ ਗਈਆਂ ਇਹਨਿੰਗ ਦੀ ਸਮਾਪਤੀ ਹੈ 10 ਵੀ ਨੌਜਵਾਨਾਂ ਨੇ ਕਿੰਨੇ ਬਣੇ ਆ ਤੇ ਕਿੰਨੇ ਬਣਾਉਣੇ ਆ 60 ਰਨ ਦੇ ਬਾਟਾ ਦਾ ਟਾਰਗੇਟ ਹੈ 60 ਬਣੇ ਆ ਤੇ 60 ਬਣਾਉਣੇ ਆ ਫੀਲਡਿੰਗ ਕਰ ਲਈਏ ਇੱਕ ਓਵਰ ਦੇ ਦੂਰ ਪਰ ਤੇ ਇੱਕ ਓਵਰ 28 ਸੀਗਾ ਜੀ ਹਾਂਜੀ ਹਲੋ ਕੀ ਆ ਵੀਰੇ ਜਲਦੀ ਨਾਲ ਫੀਲਡਿੰਗ ਲਾਵੇ ਨੂਰ ਪ੍ਰਵੇਟ ਤੁਸੀਂ ਲਾ ਲਓ ਭਾਈ ਫੀਲਡਿੰਗ ਜਲਦੀ ਨਾਲ ਬੇਨਤੀ ਹੈ ਨੂਰ ਪ੍ਰਵੇਟ ਦੀ ਟੀਮ ਤੇ ਬੱਲੇਬਾਜ਼ ਆਉਣਗੇ ਖਡੂਰ ਸਾਹਿਬ ਦੀ ਟੀਮ ਦੇ ਜਲਦੀ ਦੇ ਨਾਲ ਖਡੂਰ ਸਾਹਿਬ ਇੱਥੇ ਲੈ ਦੇ ਦੋ ਰੋਟੀਆਂ ਯਾਰ ਲਾਈਵ ਕਰ ਰਹੇ ਇਹੀ ਭਾਲਵਾਂ ਲੈ ਉਹਨਾਂ ਕੋ ਭੇਜ ਦੇ ਕੋਈ ਨਹੀਂ ਕਹਿੰਦਾ ਲਿਆ ਮੈਂ ਵੀ ਖਾ ਲੂੰ ਇੱਥੇ ਨਾ ਆ ਵੀ ਖਾਦੀ ਆ ਸਵੇਰੇ ਪਹਿਲਾਂ ਗਿਆ ਜਾ ਕੇ ਠੀਕ ਕਰਵਾਇਆ ਸੀ ਯਾਰ
ਸੈੱਲ ਬਹੁਤ ਘੱਟ ਰਿਹਾ ਅੱਜ ਕੱਲ੍ਹ ਪਰ ਸੈੱਲ ਤਾਂ ਭਾਈ ਸੱਟ ਆ ਜੇਲਦਾਰ ਸਾਹਿਬ ਕਹਿੰਦੇ ਕਿਸੇ ਨੂੰ ਇੱਦਾਂ ਕਹਿਣਾ ਚਲੋ ਕੋਈ ਨਹੀਂ ਹਰ ਬੰਦਾ ਕੋਈ ਆਪਣੇ ਵੱਲੋਂ ਤਕੜੀ ਪਾਉਂਦਾ ਜਾਣ ਕੇ ਤਾਂ ਕੋਈ ਵੀ ਨਹੀਂ ਖਾਂਦਾ ਲਾਲੋ ਵੀ ਜਿੰਨੀ ਜਲਦੀ ਗੱਲ ਦੂਰ ਪ੍ਰਵੇਟ ਤੇ ਖਲੂਰ ਸਾਹਿਬ ਜੀ ਕਹਿੰਦੇ ਬੱਲੇ ਬੈਕ ਪੁੱਜਣ ਕੇ ਘਾਟ ਬਣੇ ਆ ਤੇ ਬਾਟ ਬਣਾਉਣੇ ਆ ਸੋਹਣਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਅਗਰ ਸ਼ੁਰੂ ਬਾਈ ਹੁਣ ਤੁਸੀਂ ਸਵਾਲ ਹੀ ਬਹੁਤ ਪੁੱਛਦੇ ਹੋ ਅੰਬਰ ਦੇ ਕਿੰਨੇ ਅੰਬਰ ਦੇ ਕਿਹੜੇ ਕਿਹੜੇ ਅੰਬਰ ਨੇ ਪਹਿਲੇ ਉਹ 28 ਮਾਰੇ ਕਿ ਇੰਨਾ ਪਤਾ ਤੁਸੀਂ ਹੁਣ ਇੱਕ ਤਰਫਾ ਜਿੱਤੇ ਬਾਲਾ ਕਹਿੰਦੇ 24 ਹੈ ਗੱਲਾਂ ਸਮੇਂ ਦੀਆਂ ਹੋ ਜਾਣੀਆਂ ਦਰਸ਼ਕ ਵੀਰੂ ਕਿ ਸੂਰਮਾ ਕਹਿੰਦੇ ਨੀ ਸਹਿ ਸਕਦਾ ਉਹਦੇ ਦਰ ਤੋਂ ਮਿਲੀਆਂ ਹਾਰਾਂ ਨੂੰ ਕਿ ਜਿਵੇਂ ਜੋਹਰੀ ਪਰਖਦਾ ਹੀਰੇ ਨੂੰ ਮੈਂ ਸਮਾਂ ਪਰਖਦਾ ਯਾਰਾਂ ਨੂੰ ਲਾਲ ਸਾਹਿਬ ਨੇ ਦੇਖਿਆ ਕਿ ਖੇਡ ਦੇ ਮੈਦਾਨ ਪਰ ਸਮੇਂ ਸਮੇਂ ਦੀਆਂ ਗੱਲਾਂ ਲੁਧਿਆਣੇ ਵਾਲਾ ਘੁੱਡੀ ਕਹਿੰਦੇ ਪਹਿਲੀ ਵਾਲ ਕਰਨ ਲਈ ਤਿਆਰ ਖੇਡ ਮੈਦਾਨ ਅੰਦਰ ਘੁੱਡੀ ਲੁਧਿਆਣੇ ਵਾਲ ਨੇ ਕਹਿੰਦੇ ਵਾਲ ਕਰ ਰਹੀਆਂ ਸਾਹਮਣੇ ਮੁੰਡਾ ਖਡੂਰ ਸਾਹਿਬ ਦੀ ਧਰਤੀ ਦਾ ਐਨ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹੋਂ ਪਾਕ ਨਿਕਲ ਗਏ ਉਹ ਧਰਤੀ ਨਹੀਂ ਜਾਣੇ ਜਿਹੜੇ ਮੂੰਹੋਂ ਵਾਕ ਨਿਕਲ ਗਏ ਉਹ ਥਾਲੀ ਨਹੀਂ ਜਾਣ ਲੋ ਪਹਿਲੀ ਵਾਲ ਤੇ ਛੋਟੇ ਵੀਰ ਨਹੀਂ ਕਹਿੰਦੇ ਨੇ ਕਮਾਲ ਦਾ ਗੱਜ ਕਰ ਲਿਆ ਹੈ ਸਾਹਮਣੇ ਖਿਡਾਰੀ ਆਊਟ ਤੇ ਅਗਲਾ ਬੱਲੇ ਮੈਂ ਆ ਵੀ ਬਾਜ ਭੱਜ ਕੇ ਜਲਦੀ ਦੇ ਨਾਲ ਅਗਲਾ ਬੱਲੇ ਮੈਂ ਜਾਵੇਗਾ ਇੱਕ ਬੈਟਸਮੈਨ ਲੈਗ ਅੰਪਾਇਰ ਕੋ ਭੇਜੋ ਨੂੰ ਕਹ ਯਾਰ ਆਵੇ ਜਲਦੀ ਨਾਲ ਅਗਲਾ ਬੱਲੇ ਮੈਂ ਮੇਰੀ ਬੇਨਤੀ ਹੈ ਇੱਕ ਬੈਟਸਮੈਨ ਹੋਰ ਲਾਉਣਗੇ ਜ਼ਰੂਰ ਸਾਹ ਦੀ ਧਰਤੀ ਦਾ ਨੈਕਸਟ ਬੈਟਸਮੈਨ ਮੇਰੀ ਵੀਰੋ ਭਾਈ ਇੱਕ ਬੈਟਸਮੈਨ ਇੱਥੇ ਆਓ ਯਾਰ ਵਿੱਚ ਉਸ ਤੋਂ ਅਗਲਾ ਬੱਲੇਬਾਜ਼ੀ ਆ ਜਾਏ ਵੀਰੇ ਇੱਧਰ ਲਾਈਵ ਵਾਲੇ ਕੋਲ ਸਾਡੀ ਬੇਨਤੀ ਹੈ ਉਸ ਤੋਂ ਅਗਲਾ ਬੱਲੇਬਾਜ਼ੀ ਜ਼ਰੂਰ ਕਿਰਪਾ ਕਰਕੇ ਪੁੱਜਾ ਮੇਰੀ ਬੇਨਤੀ ਹੈ ਸਾਹਮਣੇ ਲੁਧਿਆਣੇ ਵਾਲੇ ਘੁੱਡੀ ਦੀ ਬਾਲ ਜਿਹੜੀ ਕਹਿੰਦੇ ਫੇਰ ਪੈਣ ਜਾ ਰਹੀ ਹੈ ਸੋਹਣਾ ਮੈਚ ਹੈ ਅਗਲੀ ਬਾਲ ਤੇ ਸਾਹਮਣੇ ਦੇਖਿਆ ਕਿ ਵੀ ਗਰਾਊਂਡ ਦੇ ਸ਼ਾਟ ਜਾਣ ਵਾਲੇ ਪਰਲਾ ਕਹਿੰਦੇ ਅੰਬਰ ਖੇਡ ਦੇ ਮੈਦਾਨ ਤੇ ਫੀਲਡਿੰਗ ਐਪਟ ਕਰਦਾ ਭਾਰਾ ਜਿਹੜਾ ਇੱਕ ਦੋਨੋਂ ਖਿਡਾਰੀ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਚੁੱਕੇ ਹੈ ਇੱਕਰਾਂ ਦਾ ਵਾਧਾ ਦੋਨੋਂ ਪਲੇਅਰਾਂ ਨੇ ਕਹਿੰਦੇ ਆਪਣੀ ਟੀਮ ਦੇ ਲਈ ਜੋੜ ਦਿੰਦਾ ਕਿ ਹੌਲੀ ਹੌਲੀ ਬੰਦਾ ਸਟਾਰ ਬਣਦਾ ਸੁਲਤਾਨੀ ਸਟਾਰ ਕੋਈ ਜੰਮਦਾ ਜਿਹੜਾ ਰਾਤੋ ਰਾਤ ਪੰਨ ਨੂੰ ਫਿਰਦਾ ਸਟਾਰ ਬੰਦਾ ਨਹੀਂ ਉਹ ਰਹਿੰਦਾ ਕਿਸੇ ਕੰਮ ਦਾ ਕਿ ਲੀਲਾ ਵਾਲਾ ਮੋਹਣਾ ਗੱਲਾਂ ਸੱਚ ਲਿਖਦਾ ਤੇ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਕਿ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਸਫਲਤਾ ਦੀਆਂ ਪੌੜੀਆਂ ਕਹਿੰਦੇ ਹੌਲੀ ਹੌਲੀ ਚੜ੍ਹੀਆਂ ਜਾਂਦੀਆਂ ਲਓ ਸਾਹਮਣੇ ਨੂਰਪੁਰ ਬੈਠਦਾ ਟੋਨੀ ਕਹਿੰਦੇ ਸੋਹਣੀ ਫੀਲਡਿੰਗ ਕਰ ਚੁੱਕਿਆ ਹੈ ਤੇ ਰਾਂਝੇ ਦੇ ਦੋਨੋਂ ਖਿਡਾਰੀਆਂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤੇ ਹੈ ਬਾਜ ਆ ਗਿਆ ਕਹਿੰਦੇ ਸਾਹਮਣੇ ਖਡੂਰ ਸਾਹਿਬ ਦੀ ਧਰਤੀ ਦਾ ਸਰਦਾਰ ਖਿਡਾਰੀ ਹੈ ਕਿ ਕੱਦ ਨਾਲ ਪੁੱਛੇ ਕਰਤਾਰ ਨਹੀਂ ਉਹ ਮਿਲਦੇ ਤੇ ਮੇਲਿਆਂ ਚ ਮੁੱਲ ਸਰਦਾਰ ਨਹੀਂ ਉਹ ਮਿਲਦੇ ਮੇਲਿਆਂ ਚ ਮੁੱਲ ਸਰਦਾਰ ਨਹੀਂ ਉਹ ਮਿਲਦੇ ਤੇ ਬਾਲ ਲੁਧਿਆਣੇ ਵਾਲੇ ਘੁੱਡੀ ਦੀ ਕਹਿੰਦੇ ਪੈਣ ਜਾ ਰਹੀ ਹੈ ਮੇਰੀ ਵੀਰ ਚੋਟੀ ਨਾਲ ਮੈਚ ਖੇਡਿਆ ਜਾ ਰਿਹਾ ਜ਼ੋਰ ਲੱਗਿਆ ਹੋਇਆ ਦੋ ਟੀਮਾਂ ਦੇ ਖਿਡਾਰੀਆਂ ਦਾ ਪਰ ਸਾਹਮਣੇ ਦੇਖੋ ਵੀ ਬਾਜ ਆਊਟ ਕੇ ਵਾਪਸ ਹੈ ਸਲੋਰ ਘਾਟੀ ਹੈ ਤੇ ਬਾਜ ਕਹਿੰਦੇ ਆਊਟ ਅਗਲਾ ਬੱਲੇਬਾਜ਼ ਆਵੇ ਜੀ ਜਲਦੀ ਦੇ ਨਾਲ ਨੈਕਸਟ ਬੈਟਸਮੈਨ ਖਰੂਰ ਸਾਹਿਬ ਜੀ ਦਾ ਪੁੱਜੇਗਾ ਜਲਦੀ ਤੋਂ ਪਹਿਲਾਂ ਮੇਰੀ ਬੇਨਤੀ ਹੈ ਤਿਆਰੀ ਸਮਾਂ ਲੰਘਦਾ ਜਾ ਰਿਹਾ ਬਾਲਾਂ ਬੀਤਦੀਆਂ ਜਾ ਰਹੀਆਂ ਗੱਲਾਂ ਚੁੱਕ ਕੇ ਛੱਕਿਆ ਨਾ ਕਰਨੀਆਂ ਪੈਣਗੀਆਂ ਖਡੂਰ ਸਾਹਿਬ ਦਾ ਦੇਖਿਆ ਕਿ ਕਿਹੜਾ ਸ਼ਾਟ ਬਾਲ ਫੇਰ ਤੋਂ ਡਾਉਂਦਾ ਓਵਰ ਦੀ ਸਮਾਪਤੀ ਤੇ ਦੱਸੀ ਵੀਰੇ ਕਿੰਨੇ ਹੋ ਚੁੱਕੇ ਆ ਪਹਿਲੇ ਓਵਰ ਦੀ ਸਮਾਪਤੀ ਤੇ
ਰਣ ਤਿੰਨ ਹੋ ਚੁੱਕੇ ਜੀ, ਇੱਕ ਓਵਰ ਦੀ ਸਮਾਪਤੀ ਹੈ ਤੇ ਰਣ ਤਿੰਨ ਹੋ ਚੁੱਕੇ ਹੈ, ਬਟ ਆਵਰ ਟਾਰਗੇਟ ਤੇ 59 ਰਨ ਬਾਕੀ ਰਹਿ ਚੁੱਕੇ ਹੈ, 18 ਬਾਲਾਂ ਤੇ 59 ਰਨ ਜਿਹੜੇ ਦੇਖੇਗੇ ਵਿਕਟਾਂ ਦੇ ਬਾਕੀ ਹੈ ਦਰਸ਼ਕ ਵੀਰੋ। ਦੂਰ ਪ੍ਰਵੇਣ ਦਾ ਰਵੀ ਜਿਹਨੇ ਕਹਿੰਦੇ ਦੂਜਾ ਓਵਰ ਆਪਣੀ ਟੀਮ ਦੇ ਲਈ ਕਰਨਾ ਹੈ, ਰਵੀ ਦੂਰ ਪ੍ਰਵੇਣ ਦੀ ਧਰਤੀ ਦਾ ਕਾਸਕੂ ਦਾ ਨਾਗ ਦੁਨੀਆ ਕਹਿੰਦੀ ਹੈ ਤੇ ਇਹਨੇ ਕ੍ਰਿਕਟ ਵਾਲੇ ਕਹਿੰਦੇ ਮੰਨਿਆ ਪਰ ਮੰਨਿਆ ਖਿਡਾਰੀ ਹੈ ਰਵੀ ਦੂਰ ਪ੍ਰਵੇਣ ਦਾ। ਮੈਂ ਦੇਖਿਆ ਵੀ ਦੂਜੇ ਓਵਰ ਦੀ ਸ਼ੁਰੂਆਤ ਕਰ ਦੇ ਰਿਹਾ, 18 ਦੇ ਵਿੱਚ 59 ਬਾਕੀ ਰਹਿੰਦੇ ਹੈ, ਬਾਲਾਂ 18 ਤੇ ਰਨ ਦੇਖਿਆ ਕਿ 59 ਬਾਕੀ। ਗੱਲ ਕਿਹੋ ਜੀ ਬਣਨੀ ਹੈ ਕੁਝ ਕੁ ਸਮੇਂ ਦੇ ਵਿੱਚ ਕਹਿੰਦੇ ਪਤਾ ਲੱਗ ਜਾਣਾ ਹੈ। ਲਓ ਸਾਹਮਣੇ ਰਵੀ ਦੀ ਪਹਿਲੀ ਬਾਲ ਤੇ ਐਨ ਕਮਾਲ ਦਾ ਸ਼ਾਟ ਪਰ ਜਾਣ ਵਾਲੀ ਆ ਅੰਬਰ। ਦੇਖੋ ਵੀ ਕਹਿੰਦੇ ਟਰਾਈ ਚੱਲਦਾ ਤੇਰਾ, ਜਿਹੜੇ 6 ਮੁੰਡੇ ਨੇ ਜੋਰ ਦਿੱਤੇ ਹੈ ਪਹਿਲੀ ਤੇ ਕਹਿੰਦੇ 6 ਆ ਗਏ ਹੈ, ਛੱਕੇ 9 ਹੀ ਬਾਕੀ ਰਹਿ ਗਏ ਹੈ। ਰਵੀ ਨੌਜਵਾਨ ਛੱਕੇ ਕਹਿੰਦੇ 9 ਹੀ ਬਾਕੀ ਰਹਿ ਗਿਆ, ਨੌਜਵਾਨ ਨੇ ਪਿਛਲੇ ਮੈਚ ਵਿੱਚ ਬੜੀ ਤਕੜੀ ਬੈਟਿੰਗ ਕੀਤੀ ਹੈ, ਰਵੀ ਦੀ ਪਹਿਲੀ ਬਾਲ ਤੇ ਛੱਕਾ ਆਇਆ, ਦੂਜੀ ਬਾਲ ਦੇ ਵਿੱਚ ਵੀ ਗਰਾਊਂਡ ਹੈ ਸ਼ਾਟ ਤੇ ਰਨ ਇੱਕ ਨਹੀਂ ਲਿਆ, ਰਨ ਨਹੀਂ ਲਿਆ ਤੇ ਬਾਲ ਇੱਥੇ ਵੀ ਡਾਟ ਚੁੱਕਿਆ, ਕਹਿੰਦਾ ਖੜੋ ਨੌਜਵਾਨਾ। ਰਵੀ ਦੇ ਝੱਗੇ ਦਾ ਵਿੱਚ ਕਹਿੰਦਾ ਮੈਂ ਲਾਉਣਾ ਤੂੰ ਖੜ, 4 ਬਾਲਾਂ ਰਵੀ ਦੀਆਂ ਕਹਿੰਦੇ ਬਾਕੀ ਹੈ। ਸਾਹਮਣੇ ਮੁੰਡਾ ਖਰੂਰ ਸਾਹਿਬ ਦਾ ਕਰੂ ਕੁਮਾਰ ਦਾ ਨਹੀਂ, ਲਓ ਸਾਹਮਣੇ ਭੱਲੇ 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 ਸਿੰਗਲ ਤਾਂ ਹੀ ਨਹੀਂ ਲਿਆ, ਇਹਨੇ ਸਿੰਗਲ ਛੱਡਿਆ ਰਵੀ ਤੇ ਕਿਸੇ ਗੱਲ ਕਰਕੇ ਛੱਡਿਆ ਤੇ ਸ਼ੰਕਾ ਵੀ ਕਹਿੰਦੇ ਐਨ ਟਿਕਾਣੇ ਦਾ ਮਾਰਿਆ, ਸ਼ੰਕਾ ਵੀ ਕਹਿੰਦੇ ਐਨ ਟਿਕਾਣੇ ਦਾ ਮਾਰਿਆ, ਮੁੰਡੇ ਨੂੰ ਸਮਾਂ ਵੀ ਕਰ ਦਿੱਤਾ। ਮੈਂ ਉਹਨਾਂ ਨੂੰ ਦੇਖਿਆ ਕਿ 6 ਜਿਹੜੇ ਕਹਿੰਦੇ ਖੇਡ ਮੈਦਾਨ ਪਰ ਮੁੰਡੇ ਨੇ ਜੋੜ ਦਿੱਤੇ ਹੈ, ਛੱਕੇ 7 ਕੀ ਬਾਕੀ ਰਹਿ ਗਏ ਹੈ, ਛੱਕੇ ਦੇਖਿਆ ਕਿ ਜਿਹੜੇ ਕਹਿੰਦੇ 7 ਕੀ ਬਾਕੀ ਹੈ ਤੇ ਸਾਹਮਣੇ ਮੁੰਡਾ ਐਨ ਧਨ ਧਨ ਕਰਵਾਈ ਜਾ ਰਿਹਾ ਹੈ ਕਿ ਉਹ ਕੁਝ ਕਰ ਹੀ ਜਾਂਦੇ ਨੇ, ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਧਨ ਜੋਰ ਜਵਾਨਾਂ ਦਾ ਲੈਜਨ ਭਰਿਆ ਮੇਲਾ ਲੁੱਟ ਕੇ ਅੜੀਅਲ ਘੋੜੇ ਨੇ ਕਾਰੀ ਜਾਂਦੇ ਨੇ ਮਨਮਾਨੀ। ਰਾਜੇ ਖੇਲੇ ਹੱਟ ਪਾਸੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ, ਰਾਜੇ ਖੇਲੇ ਹੱਟ ਪਾਸੇ ਲੁੱਟੀਆਂ 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 ਪਾਉਂਦੀ ਫਿਰੇ ਜਵਾਨੀ, ਬੜੀ ਤਾਲੀਆਂ ਮਾਰਦੇ ਮੁੰਡੇ ਦੇ ਨਾਮ ਤੇ ਐਨ ਮੁੰਡੇ ਨੇ ਸਵਾਦ ਹੀ ਕਰ ਦਿੱਤਾ। ਦਰਸ਼ਕ ਵੀਰੋ 3 ਛੱਕੇ ਕਹਿੰਦੇ ਮਾਰ ਦਿੱਤਾ ਸੁਪਰ ਦੇ ਵਿੱਚ ਐਨ, ਬਾਕੀ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਖੇਡ ਮੈਦਾਨ ਦੇ ਅੰਦਰ ਤੇ ਦਰਸ਼ਕਾਂ ਨੂੰ ਕਹਿੰਦੇ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ ਉਸ ਨੌਜਵਾਨ ਨੇ। ਲਓ ਰਵੀ ਦੀ ਪਾਲ ਤੇ ਸਾਹਮਣੇ ਭੱਲੇ 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 ਚਾਰ ਆ ਗਿਆ ਤੇ ਰਵੀ ਦੀ ਇੱਕ ਵਾਲ ਕਹਿੰਦੇ ਹਾਲੇ ਵੀ ਬਾਕੀ ਹੈ, ਰਵੀ ਦੀ ਇੱਕ ਵਾਲ ਹਜੇ ਵੀ ਬਾਕੀ ਹੈ। ਲੋਗਲੀ ਪਾਲ ਤੇ ਸਾਹਮਣੇ ਐਨ ਮੁੰਡਾ ਕਹਿੰਦੇ ਬਾਕੀ ਤਾਕਤ ਵੀ ਹੈ ਤੇ ਨਜਾਕਤ ਵੀ ਹੈ, ਤਾਕਤ ਵੀ ਹੈ ਤੇ ਕਹਿੰਦੇ ਨਜਾਕਤ ਵੀ ਹੈ। ਲਓ ਰਣ ਇੱਕ ਮੁੰਡੇ ਨੇ ਆਪਣੀ ਟੀਮ ਦੇ ਲਈ ਜੋੜਦਾ, 10 ਬਾਈ ਕਿੰਨੇ ਹੋ ਗਏ ਹੈ, 28 ਆਏ ਆ ਸ਼ੋਰ ਦੇ ਵਿੱਚ, ਰਣ ਜਿਹੜੇ ਕਹਿੰਦੇ 28 ਹੋ ਚੁੱਕੇ ਹੈ। ਸਾਹਮਣੇ ਦੇਖਿਆ ਕਿ ਵੀ ਖੇਡ ਮੈਦਾਨ ਦੇ ਅੰਦਰ ਅਗਲਾ ਓਵਰ ਟੋਨੀ ਦੂਰ ਪ੍ਰਵੇਟ ਦਾ, ਟੋਨੀ ਸਿਰਾਂ ਕਰਾਊਗਾ ਬਾਲਾਂ 11 ਤੇ ਰਨ ਜਿਹੜੇ 34 ਕਹਿੰਦੇ ਬਾਕੀ ਹੈ। 11 ਬਾਲਾਂ ਦੇ ਵਿੱਚ 34 ਬਾਕੀ ਹੈ, ਦਰਸ਼ਕ ਵੀ ਤਕੜਾ ਮੈਚ, ਪਿਛਲੇ ਓਵਰ ਵਿੱਚ ਮੁੰਡੇ ਨੇ ਕਹਿੰਦੇ ਐਨ ਕਮਾਲ ਕੀਤੀ ਹੈ ਤੇ ਦਰਸ਼ਕਾਂ ਨੇ ਵੀ ਕਹਿੰਦੇ ਤਾੜੀਆਂ ਮਾਰੀਆਂ। ਟੋਨੀ ਦੀ ਪਾਲ ਦੇ ਸਾਹਮਣੇ ਬਾਲ ਸੋਹਣਿਆ, ਬਾਲ ਸੋਹਣਿਆ ਕਿ ਬੱਜੀਆਂ ਤਾੜੀਆਂ ਦੇ ਪਤਾ ਲੱਗਦਾ ਹੈ ਲੋਕਾਂ ਦੇ ਮਨ ਨੂੰ ਲੱਗਿਆਗਾ, ਇੱਥੇ ਦੁਨੀਆਂ ਪੁੱਜਦੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਭੱਜਿਆਂ ਦਾ, ਇੱਥੇ ਦੁਨੀਆਂ ਪੁੱਜਦੀ ਯੋਧਿਆਂ ਨੂੰ ਕੋਈ ਨਾ ਨਹੀਂ ਲੈਂਦਾ ਭੱਜਿਆਂ ਦਾ, ਕਿ ਜਦ ਲੋਹਾ ਚੜਦਾ ਲੋਹੇ ਨੂੰ ਫਿਰ ਭਾਂਬੜ ਮੱਤੇ ਅੰਗਿਆਰਿਆਂ ਦਾ, ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਤੇ ਮੁੱਲ ਪੈਂਦਾ ਨੀ ਠੇਕੇ ਲਲਕਾਰਿਆਂ ਦਾ, ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨੀ ਠੇਕੇ ਲਲਕਾਰਿਆਂ ਦਾ। ਅਗਲੀ ਬਾਤ ਸਾਹਮਣੇ ਗੈਰ ਜਿਹੜਾ ਹੋ ਚੁੱਕਿਆ, ਇੱਕ ਵਾਰੀ ਮੁੰਡੇ ਨੂੰ ਤਾੜੀਆਂ ਮਾਰ ਰਹੇ ਉਸ ਨੌਜਵਾਨ ਦੀ ਬੈਟਿੰਗ ਵਧੀਆ ਲੱਗੀ ਹੈ ਦਰਸ਼ਕ ਵੀਰੋ, ਬੜਾ ਤਕੜਾ ਖੇਡਿਆ ਨੌਜਵਾਨ, ਪਰ ਸਾਹਮਣੇ ਦੇਖਿਆ ਕਿ ਆਊ ਚੁੱਕੇ ਵਾਪਸ ਆ ਪਲੇਅਰ, ਅਗਲਾ ਬੱਲੇਬਾਜ ਆਵੇਗੀ ਜਲਦੀ ਦੇ ਪਹਿਲਾਂ ਖਰੂਰ ਸਾਹਿਬ ਦੀ ਟੀਮ ਦਾ ਦੂਰ ਪ੍ਰਵੇਟ ਦੇ ਟੋਨੀ ਨੇ ਕਮਾਲ ਕਰ ਦਿੱਤੀ ਹੈ।
ਹਾਂਜੀ ਜਲਦੀ ਨਾਲ ਅਗਲਾ ਬੱਲੇ ਬੱਜ 28 ਰਨ ਹਜੇ ਵਿਕਟਾਂ ਦੇ ਬਾਕੀ ਹੈ 9 ਬਾਲਾਂ ਦੇ ਰਨ 28 ਲਵੀ ਖਡੂਰ ਸਾਹਿਬ ਆ ਰਿਹਾ ਹੈ ਹਜੇ ਵੀ ਕੁਝ ਨਹੀਂ ਵਿਕਟਾਂ ਢੁੱਲੇ ਵੀਰਾਂ ਦਾ ਗੱਲ ਹਜੇ ਵੀ ਬਣ ਸਕਦੀ ਹੈ ਰਜਮਣਾ 9 ਦੇ ਵਿੱਚ ਕਹਿੰਦੇ 28 ਕਿਉਂਕਿ ਸਾਡੇ ਕੋਲ 4 ਮਾਰਨੇ ਪੈਣੇ ਆ 9 ਦੇ ਵਿੱਚ ਕਹਿੰਦੇ 28 ਵਾਂਗੇ ਲੱਗਦੀ ਦੀ ਬਾਲ ਫੇਰ ਕਹਿੰਦੇ ਪੈ ਚੁੱਕੀ ਹੈ ਸਾਹਮਣੇ ਬਾਏ ਸੋਹਣੇ ਹੈ ਐਨ ਮੈਂ ਪਹਿਲਾਂ ਦੱਸਿਆ ਕਿ ਕੁਝ ਨਹੀਂ ਵਿਕਟਾਂ ਢੁੱਲੇ ਵੀਰਾਂ ਬਾਗੇ ਵੀ ਚੁੱਕੇ ਜਾ ਸਕਦੇ ਆ ਲਓ ਰਨ ਵਗਣੇ 6 ਕਹਿੰਦੇ ਜੋਰ ਕਹਿੰਦੇ 22 ਬਾਕੀ ਰਹਿ ਗਏ ਆ ਐਨ ਖਡੂਰ ਸਾਹਿਬ ਵਾਲੇ ਵੀ ਕਹਿੰਦੇ ਮੁੰਡੇ ਅਸਤਰੀ ਹੈ ਲਓ ਰਨ 6 ਤੇ 22 ਅੱਖਾਂ ਦੇ ਵਿੱਚ 22 ਬਾਕੀ ਰਹਿ ਗਏ ਆ ਲੈ ਵੀ ਚੋਨੀ ਤਿਆਰੀ ਫਾੜੋ ਨੌਜਵਾਨ ਨੂਰਪੁਰ ਵੇੜ ਕਹਿੰਦੇ ਦਿੱਲੀ ਬਣ ਜਾਣਾ ਇੱਥੇ 19 ਕੀ ਹੋ ਗਈ ਤੇ ਨੂਰਪੁਰ ਵੇੜ ਕਹਿੰਦੇ ਦਿੱਲੀ ਬਣ ਜਾਣਾ ਹੈ ਜੇ ਇੱਥੇ 19 ਕੀ ਹੋ ਗਈ 22 ਰਨ ਬਾਕੀ ਹੈ ਸਾਹਮਣੇ ਮੁੰਡੇ ਕਹਿੰਦੇ ਗੁਰੂ ਕੀ ਨਗਰੀ ਤੋਂ ਆਏ ਹੋਏ ਖਡੂਰ ਸਾਹਿਬ ਵਾਲੇ ਪਰ ਸਾਹਮਣੇ ਦੇ ਕੋਈ ਖਿਡਾਰੀ ਆਊਟ ਤੇ ਅਗਲਾ ਬੱਲੇਬਾਜ਼ ਭਾਜੀ ਕਾ ਜਾ ਵੀਰੇ ਜਲਦੀ ਨਾਲ ਅਗਲਾ ਬੱਲੇਬਾਜ਼ ਜਲਦੀ ਤੋਂ ਪਹਿਲਾਂ ਫਿਰ ਮਦਾਮ ਮਹਾਰਾਜ ਜਾਵੇਗਾ ਮੇਰੀ ਬੇਨਤੀ ਹੈ 7 ਬਾਲਾਂ ਤੇ ਰਨ ਜਿਹੜੇ ਕਹਿੰਦੇ 22 ਬਾਕੀ ਹੈ ਸੱਤਾਂ ਦੇ ਵਿੱਚ 22 ਬਾਕੀ ਹੈ ਦਰਸ਼ਕੀ ਨੂੰ ਸੋਹਣਾ ਮੈਚ ਤੇ ਬੜਾ ਜ਼ੋਰ ਲੱਗਿਆ ਹੋਇਆ ਕਿ ਜ਼ੋਰ ਤੇ ਜਵਾਨੀ ਉਮਰਾਂ ਦੇ ਖੇਡ ਨੇ ਇਹਦੇ ਵਿੱਚ ਹੁੰਦੇ ਕਹਿੰਦੇ ਸਾਹਾਂ ਵਾਲੇ ਭੇੜ ਨੇ ਅੱਜ ਵਾਕਈ ਕਹਿੰਦੇ ਜਵਾਨੀ ਨਾਲ ਜਵਾਨੀ ਖੇਡੀ ਹੈ ਤੇ ਸਾਹਾਂ ਦੇ ਢੇਰ ਹੈ ਕਹਿੰਦੇ ਜਿਹੜੀ ਖੇਡ ਗਰਾਊਂਡ ਦੇ ਵਿੱਚ ਮੇਰੇ ਵੀਰੇ ਨਾ ਟੋਲੀ ਦੀ ਪਾਲ ਫੇਰ ਕਹਿੰਦੇ ਪੈ ਲਜਾ ਰਹੀ ਹੈ 7 ਬਾਲਾਂ ਰਨ ਕਹਿੰਦੇ 22 ਬਾਕੀ ਹੈ ਨਾ ਉਧਰ ਦੇ ਪਾਸੇ ਜਿੱਥੋਂ ਵੀ ਗਰਾਊਂਡ ਦੇ ਸ਼ਾਟ ਰਨ 1 ਦੂਜੇ ਦੀ ਕਹਿੰਦੇ ਤਿਆਰੀ ਹੋਵੇਗੀ ਪਰ 1 ਰਨ ਦੋਨੋਂ ਖਿਡਾਰੀ ਸੰਤੁਸ਼ਟ ਹੈ ਸੈਟੀਸਫਾਈ ਹੈ ਓਵਰ ਦੀ ਸਮਾਪਤੀ ਹੋ ਚੁੱਕੀ ਹੈ ਦੱਸੀ ਵੀ ਵੀਰੇ ਕਿੰਨੇ ਬਣ ਗਿਆ 3 ਓਵਰਾਂ ਦੀ ਸਮਾਪਤੀ ਤੇ 41 ਰਨ ਹੋ ਚੁੱਕੇ ਆ ਜੀ 22 ਰਨ ਖਿਆ ਬਾਲੋ ਜੀ ਬਾਕੀ ਹੈ ਜੈਕਬ ਆ ਗਿਆ ਜਿਹੜਾ ਪਹਿਲਾਂ ਮਣੀ ਨੇ ਦੱਸਿਆ ਵੀ ਇਹਦੇ ਕਹਿੰਦੇ ਬੜੀ ਚਰਚਾ ਹੋਈ ਹੈ ਕਮਾਲਪੁਰ ਦੇ ਕੱਪ ਤੇ ਹੀਰਾਂ ਦੇ ਕੱਪ ਤੇ ਵੀ ਮੁੰਡੇ ਨੇ ਬੱਲੇ ਬੱਲੇ ਕਰਵਾਈ ਹੈ ਤੇ ਕਮਾਲਪੁਰ ਦੇ ਵੱਡੇ ਮੇਲੇ ਤੇ ਵੀ ਕਹਿੰਦੇ ਸਿਰਾ ਕਰਵਾਇਆ ਟੋਨੀ ਵਿਕਟਾਂ ਵੀ 2 ਆਊਟ ਕਰ ਗਿਆ ਜੀ 21 ਰਨ ਬਾਕੀ ਰਹਿ ਗਏ ਹਾਂਜੀ 6 ਦੇ ਵਿੱਚ 21 ਬਾਕੀ ਰਹਿ ਗਿਆ 41 ਹੋ ਚੁੱਕੇ ਆ ਬਾਹਰ ਦਾ ਟਾਰਗੇਟ ਹੈ ਤੇ ਲਾਸਟ ਓਵਰ ਚੈੱਕਅਪ ਕਹਿੰਦੇ ਨੂਰਪੁਰ ਵੇਟ ਵਾਲਾ ਆਪਣੀ ਟੀਮ ਦੇ ਲਾਸਟ ਓਵਰ ਦੀ ਸ਼ੁਰੂਆਤ ਕਰਨ ਜਾ ਰਿਹਾ ਤੇ ਜਲਦੀ ਕਰੋ ਜਲਦੀ ਸ਼ੀਲ ਬਾਹਰ ਦਾ ਕਹਿੰਦੇ ਸਾਹਮਣੇ ਕਰੇਗਾ ਮੇਰੇ ਵੀਰੋ 6 ਦੇ ਵਿੱਚ 21 ਲਾਈਵ ਸਾਹਮਣੇ ਦੇਖਿਆ ਕਿ 6 ਬਾਲਾਂ ਦੇ ਵਿੱਚ ਕਹਿੰਦੇ 21 ਰਨ ਬਾਕੀ ਹੈ ਲੈ ਵੀ ਰਵੀ ਵੀਰੇ ਚਲਦੀ ਨਾ ਥੋੜਾ ਰਵੀ ਨਾ ਟਾਈਮ ਖਰਾਬ ਕਰੋ ਨਾਗ ਦੇਵਤਾ ਜੀ ਕਰੋ ਕਿਰਪਾ ਥੋੜਾ ਜਲਦੀ ਨਾਲ ਮੇਰੀ ਬੇਇੱਜ਼ਤੀ ਆ ਸਮਾਂ ਜ਼ਿਆਦਾ ਲੱਗ ਰਿਹਾ ਹੈ ਜਲਦੀ ਨਾਲ ਕਿਉਂਕਿ ਮੈਚ ਇਸ ਤੋਂ ਬਾਅਦ ਮੇਰੀ ਗੱਲ ਦੇ ਵਿੱਚ 5 ਮੈਚ ਅਗਲਾ ਮੈਚ ਜੀ ਚੱਕੇ ਆ ਤੇ ਸ਼ਾਮ 84 ਦਾ ਹੈ ਜੀ ਲਾਈਵ ਸਾਹਮਣੇ ਨਾਲ ਹੀ ਮੇਰੀ ਬੇਇੱਜ਼ਤੀ ਅਗਲੇ ਮੈਚ ਦੀਆਂ ਟੀਮਾਂ ਬਾਉਂਡਰੀਆਂ ਦੇ ਲਾਗੇ ਰੈਡੀ ਰਹਿਣਗੀਆਂ ਜੀ ਸ਼ਾਮ 84 ਦੇ ਚੱਕੇ ਵਾਲਾ ਲਾ ਉਧਰਲੇ ਪਾਸੇ ਜੈਕਬ ਦੀ ਪਹਿਲੀ ਬਾਲ ਲਾਲ ਸਾਹਮਣੇ ਪਹਿਲੀ ਬਾਲ ਉੱਠਾਂਗੇ ਵੀ ਜਿਹੜੀ ਕਹਿੰਦੇ ਡਾਟ 5 ਦੇ ਵਿੱਚ 21 ਬਾਲਾ 5 ਤੇ ਰਨ ਦੇਖਾਂਗੇ ਵੀ ਜਿਹੜੇ ਕਹਿੰਦੇ 21 ਬਾਕੀ ਹੈ ਨੂਰਪੁਰ ਵੇੜਨਾ ਜੈਕਬ ਅਗਲੀ ਬਾਲ ਫੇਰ ਕਹਿੰਦੇ ਕਰਨ ਲਈ ਤਿਆਰ 5 ਬਾਲਾਂ ਰਨ 21 ਬਾਕੀ ਹੈ ਲਾਲ ਸਾਹਮਣੇ ਕਿਹਦਾ ਸ਼ਾਟ ਤੇ ਰਨ ਜਿਹੜੇ 6 ਹੈ 15 ਰਹਿ ਗਏ ਜੀ 4 ਫਿਰ ਬਦਾਮ ਉਮਰ ਮੁੰਡੇ ਨੇ ਕਹਿੰਦੇ ਜੋਰ ਦਿੱਤੇ ਆ ਦਰਸ਼ਕ ਵੀ 6 ਰਨ ਜੋੜ ਕੇ 15 4 ਬਾਲਾਂ ਤੇ ਰਨ 15 ਕੀ ਕੁਝ ਵੀ ਹੋ ਸਕਦਾ ਜੇ ਤਾਂ ਯਾਰ ਮੈਦਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹਾਲੇ ਤਾਂ ਪੀਰ ਕਮਾਰ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਬਾਕੀ ਕਹਿੰਦੇ ਕੁਝ ਵੀ ਹੋ ਸਕਦਾ ਹੈ ਲਓ ਸਾਹਮਣੇ ਦੇਖੋ ਵੀ ਕਿਹੜਾ ਇਸ਼ਾਰਾ ਹੈ ਰਨ 1 14 ਰਨ ਤੇ 4 ਬਾਲਾਂ ਬਾਕੀ ਹੈ ਛੱਕੇ 2 ਹੀ ਮਾਰਨੇ ਆ ਖਡੂਰ ਸਾਹਿਬ ਵਾਲੇ ਜੇ 2 ਵੱਜ ਗਏ ਤੇ ਗੱਲ ਐਨ ਟਿਕਾਣੇ ਲੱਗ ਜਾਣੀ ਜੇ 2 ਵੱਜ ਗਏ ਸ਼ਾਮ 84 ਤੇ ਚੱਠੇ ਵਾਲੀਆਂ ਟੀਮਾਂ ਆ ਰਹੀਆਂ ਬਾਉਂਡਰੀਆਂ ਦੇ ਲਾਗੇ
ਸ਼ਾਮ ਚਰਾਤੀ ਆਜਾ ਵੀਰੇ ਆਜਾ ਬਸ ਕਰੋ ਇੱਕ ਬਾਕੀ ਹੈ ਤੇ ਇੱਕ ਲੋ 14 ਰਹਿ ਗਿਆ ਕੋਈ ਨਹੀਂ ਵੀਰੇ ਨੈਕਸਟ ਮੈਚ ਸ਼ਾਮ 84 ਵਰਸੇ ਚੱਟੇ ਵਾਲਾ ਟੀਮ ਹੈ ਸੀਰੀਜ਼ ਕੋਟ ਤੋਂ ਕਰ ਦਿੱਤੀ ਹੈ ਜਿੱਤ ਗਈ ਵੀਰੇ ਨੂਰਪੁਰ ਵੇਟ।